ਚੰਡੀਗੜ੍ਹ 'ਚ ਗੁਰਲਾਲ ਬਰਾੜ ਦੇ ਹੋਏ ਮਰਡਰ ਮਾਮਲੇ ਦੇ ਵਿੱਚ ਦਿਲਪ੍ਰਿਤ ਬਾਬਾ ਨੂੰ 3 ਦਿਨ ਦੇ ਪੁਲਿਸ ਬਰਾਮੜ ਉੱਪਰ ਜਿਹੜਾ ਲਿਆ ਹੋਇਆ ਇਸੇ ਹੀ ਥਾਣੇ ਦੇ ਵਿੱਚ ਦਿਲਪ੍ਰਿਤ ਬਾਬਾ ਨੂੰ ਰੱਖਿਆ ਗਿਆ ਤੇ ਜਿੱਥੋਂ ਪੁੱਛਗਿੱਛ ਕੀਤੀ ਜਾ ਰਹੀ ਦਿਲਪ੍ਰਿਤ ਬਾਬਾ ਤੋਂ ਗੁਰਲਾਲ ਬਰਾੜ ਮਰਡਰ ਮਾਮਲੇ ਦੇ ਵਿੱਚ ਤਾਂ ਹੰਦਸ ਦੱਸਦੀ ਹੈ ਕਿ 11 ਤਰੀਕ ਨੂੰ ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਚੰਡੀਗੜ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ਼ੇਰਾ ਖੁੱਬਣ ਗਰੁੱਪ ਨੇ ਇਸ ਜਿਹੜੇ ਕਤਲ ਦੀ ਸਾਰੀ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਕਿ ਕੌਣ ਹੋ ਸਕਦਾ ਹੈ ਸਾਜਿਸ਼ ਦੇ ਪਿੱਛੇ ਕਿ ਵਾਕਿਆ ਹੀ ਸ਼ੇਰਾ ਖੁੱਬਣ ਗਰੁੱਪ ਇਸ ਮਾਮਲੇ ਦੇ ਵਿੱਚ ਸ਼ਾਮਲ ਹੈ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਨਾਬਾ ਜੇਲ੍ਹ ਤੋਂ ਦਿਲਪੀਤ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਤੇ ਇੱਥੇ ਜਿਹੜੀ ਥਾਣੇ ਦੇ ਬਾਹਰ ਪ੍ਰੋਪਰ ਸਿਕਿਉਰਿਟੀ ਤਾਇਨਾਤ ਕੀਤੀ ਗਈ ਕਿਉਂਕਿ ਵੱਡੇ ਮਾਮਲੇ ਦੇ ਵਿੱਚ ਦਿਲਪੀਤ ਬਾਬੇ ਦਾ ਜਿਹੜਾ ਨਾਮ ਸ਼ਾਮਲ ਹੈ ਤੁਹਾਨੂੰ ਦੱਸ ਦਈਏ ਕਿ ਗੁਰਲਾਲ ਬਰਾੜ ਦਾ ਲੋਨਸ ਬਿਸ਼ਨੋਈ ਗਰੁੱਪ ਨਾਲ ਸਿੱਧਾ ਸਬੰਧ ਸੀ ਕਿਉਂਕਿ ਸੋਪੂ ਦੇ ਉਹ ਇਲੈਕਸ਼ਨ ਵੀ ਜਿਹੜੇ ਲੜ ਚੁੱਕਿਆ ਸੀ ਜਿਸ ਤੋਂ ਬਾਅਦ ਲਗਾਤਾਰ ਗੁਰਲਾਲ ਬਰਾੜ ਉੱਪਰ ਵੀ ਜਿਹੜੇ ਮਾਮਲੇ ਦਰਜ ਹੁੰਦੇ ਰਹੇ ਤੇ ਸ਼ੇਰਾ ਖੁੱਬਣ ਗਰੁੱਪ ਤੇ ਲੋਗਨਸ ਬਿਸ਼ਨੋਈ ਗਰੁੱਪ ਦੀ ਜਿਹੜੀ ਆਪਸ ਵਿੱਚ ਲਗਾਤਾਰ ਤਸਲ ਚੱਲਦੀ ਰਹੀ ਜਿਸ ਨੂੰ ਲੈ ਕੇ ਸ਼ੇਰਾ ਖੁੱਬਣ ਗਰੁੱਪ ਵੱਲੋਂ ਮੰਨਿਆ ਗਿਆ ਕਿ ਉਸਨੇ ਜਿਹੜਾ ਗੁਰਲਾਲ ਬਰਾੜ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਨਾਬਾ ਜੇਲ੍ਹ ਤੋਂ ਪ੍ਰੋਡਕਸ਼ਨ ਵਰਣ ਤੇ ਤਿੰਨ ਦਿਨ ਦਾ ਜਿਹੜਾ ਦਿਲਪੀਤ ਬਾਬਾ ਦਾ ਜਿਹੜਾ ਰਿਮਾਂਡ ਲਿਆ ਗਿਆ ਤਾਂ ਅੰਦਾਜ਼ੀ ਤਸਵੀਰਾਂ ਦਿਖਾਦੀ ਐਥੇ ਪੁਲਿਸ ਵੱਲੋਂ ਜਿਹੜੀ ਪ੍ਰੋਪਰ ਬੈਰੀਕੇਡਿੰਗ ਕੀਤੀ ਹੋਈ ਐ ਇਸ ਨੂੰ ਲੈ ਕੇ ਕਿਉਂਕਿ ਕੱਲ ਜਿਹੜਾ ਰਿਮਾਂਡ ਪੂਰਾ ਹੋਣਾ ਤੇ ਵੱਡਾ ਗੈਂਗਸਟਰ ਮੰਨਿਆ ਜਾਂਦਾ ਦਿਲਪੀਤ ਬਾਬਾ ਇੱਥੇ ਚੰਡੀਗੜ੍ਹ ਪੁਲਿਸ ਵੱਲੋਂ ਪ੍ਰੋਪਰ ਜਿਹੜੀ ਤੈਨਾਤੀ ਕੀਤੀ ਹੋਈ ਹੈ ਇੱਥੇ ਦਿਲਪਿੰਦਰ ਬਾਬਾ ਦੇ ਵਕੀਲ ਵੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਮਸਲੇ ਨੂੰ ਲੈ ਕੇ ਉਹ ਪਹੁੰਚੇ ਅਤੇ ਕਿੰਨਾ ਸਮਾਂ ਜਿਹੜਾ ਉਹਦੀ ਰਿਮਾਂਡ ਚੱਲੇਗੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਲਗਾਤਾਰ ਜਿਹੜੀ ਦਿਲਪੀਤ ਬਾਬਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਮੰਨਿਆ ਜਾ ਰਿਹਾ ਕਿ ਦਿਲਪੀਤ ਬਾਬੇ ਨੇ ਹਲਕੀ ਕਰ ਕੁਝ ਵੀ ਜਿਹੜਾ ਨਹੀਂ ਬੋਲਿਆ ਤੇ ਦਿਲਪੀਤ ਬਾਬੇ ਵੱਲੋਂ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਉਹ ਕਹਿੰਦਾ ਮੇਰਾ ਕਤਲ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਪਰ ਜੇਕਰ ਸੂਤਰਾਂ ਦੀ ਮੰਨੀ ਹੈ ਤਾਂ ਦਿਲਪੀਤ ਬਾਬੇ ਨੇ ਹੀ ਜਿਹੜੇ ਹਥਿਆਰ ਪ੍ਰੋਵਾਈਡ ਕਰਵਾਏ ਸੀ ਇਸ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਇੱਥੇ ਪੈਰਾ ਲਗਾਇਆ ਗਿਆ ਤੇ ਵਕੀਲ ਸਾਹਿਬ ਨਾਲ ਵੀ ਗੱਲਬਾਤ ਕਰ ਲਏ ਨੇ ਕਿ ਕੀ ਇਸ ਮਾਮਲੇ ਦੇ ਵਿੱਚ ਹੈ ਤੇ ਦਿਲਪੀਤ ਬਾਬਾ ਕਿਵੇਂ ਬੇਕਸੂਰ ਹੈ ਇਸ ਮਾਮਲੇ ਦੇ ਵਿੱਚ ਵਕੀਲ ਵੀ ਪਹੁੰਚੇ ਇੱਥੇ ਤੇ ਉਹਨਾਂ ਨਾਲ ਵੀ ਗ ਬਾਬਾ ਸਾਹਿਬ ਕਿਸ ਤਰ੍ਹਾਂ ਬਾਬੇ ਦੇ ਕੇਸ ਨੂੰ ਦੇਖਿਆ ਜਾ ਰਿਹਾ ਪੁਲਿਸ ਵੱਲੋਂ ਤੇ ਤੁਸੀਂ ਕੀ ਆਪਣੀ ਜਿਹੜੀ ਦਲੀਲਾਂ ਰੱਖੋਗੇ ਦੇਖੋ ਫਿਲਹਾਲ ਜੋ ਅ ਕੱਲ ਤੱਕ ਦੀ ਰਿਪੋਰਟ ਸੀਗੀ ਉਹਦੇ ਵਿੱਚ ਦਿਲਪ੍ਰੀਤ ਦੇ ਅਗੇ ਕੁਝ ਨਹੀਂ ਸੀਗਾ ਹੀ ਹੈ ਸਫਰ ਸਟੇਟਮੈਂਟ ਥੈਟ ਹੀ ਹੈ نو ਨੋ ਲੈਜ ਰਿਗਾਰਡਿੰਗ ਦਾ ਮਰਡਰ ਆਫ दैट ਪਰਸਨ ਸੋ ਪੁਰਾਣੇ ਕੇਸਾਂ ਕਰਕੇ ਕਲੱਬ ਕਰ ਰਹੇ ਆ ਵੀ ਡੋਨੋ ਬਾਊਟ ਦੈਟ ਬਟ ਕੱਲ ਨੂੰ ਪਤਾ ਲੱਗੇਗਾ ਬਾਕੀ ਕੋਰਟਸ ਦੇ ਵਿੱਚ ਵੀ ਕੀ ਫਰਦਰ ਇਨਵੈਸਟੀਗੇਸ਼ਨ ਹੈ ਕੀ ਉਹਦੇ ਵਿੱਚ ਆਇਆ ਸ਼ੇਰਾ ਖੁੱਬਨ ਗਰੁੱਪ ਨੇ ਇਸ ਜਿਹੜੀ ਕਤਲ ਦੀ ਜ਼ਿੰਮੇਵਾਰੀ ਲਈ ਸੀ ਕਿ ਦਿਲਪੀਤ ਬਾਬੇ ਦਾ ਸ਼ੇਰਾ ਖੁੱਬਨ ਗਰੁੱਪ ਨਾਲ ਕੋਈ ਸੰਬੰਧ ਸੀਗਾ ਨਹੀਂ ਦਿਲਪੀਤ ਤਾਂ ਵੈਸੇ ਹੀ ਆਲਰੇਡੀ 4 ਸਾਲ ਤੇ 3 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਇਟ ਇਜ਼ ਨੋਟ ਪੋਸੀਬਲ ਸਮਬਾਡੀ ਸਮਨ ਕਾਲ ਫਰਮ ਜੇਲ ਪ੍ਰੈਂਸਿਸ ਜੈਮਰ ਲੱਗੇ ਹੋਇਆ ਜੇਲ੍ਹ ਦੇ ਵਿੱਚ ਵੈਸੇ ਹੀ ਪੋਸੀਬਲ ਨਹੀਂ ਕਿਸੇ ਨਾਲ ਗੱਲ ਕਰ ਲੈਣ ਨੂੰ ਸੋ ਇਹ ਤਾਂ ਇੱਕ ਆਪਣੀ ਸਕਿਨ ਸੇਵ ਕਰਨ ਨੂੰ ਜਾਂ ਜਿਵੇਂ ਕਹਿੰਦੇ ਆ ਵੀ ਹਨੇਰੇ ਵਿੱਚ تیر ਚਲਾਉਣਾ ਉਦਾਂ ਦੀ ਲੱਗ ਰਹੀ ਹੈ ਆਦਰਵਾਇਸ ਤਾਂ ਦਿਲਪੀਤ ਦਾ ਤਾਂ ਕੋਈ ਲੱਗਦਾ ਨਹੀਂ ਇਸ ਕੇਸ ਦੇ ਨਾਲ ਕੋਈ ਰਿਲੇਸ਼ਨ ਹੋਵੇ ਕੀ ਉਸ ਦਿਨਾਂ ਦੇ ਵਿੱਚ ਕੋਈ ਦਿਲਪੀਤ ਬਾਬਾ ਪਰੋਲ ਤੇ ਬਾਹਰ ਆਇਆ ਸੀ ਜਾਂ ਕਿਸੇ ਕਾਰਨ ਕਰਕੇ ਬਾਹਰ ਲਿਆਂਦਾ ਗਿਆ ਹੋਵੇ ਨਹੀਂ ਐਦਾਂ ਦਾ ਕੋਈ ਇਨਸੀਡੈਂਟ ਨਹੀਂ ਬਿਕਾਜ਼ ਲਾਸਟ 7 ਮੰਥਸ ਤੋਂ ਹੀ ਵਾਸ ਇਨ ਜੇਲ ਤੇ ਐਦਾਂ ਦਾ ਕੋਈ ਐਪੀਸੋਡ ਨਹੀਂ ਆਲਮੋਸਟ ਟੀਪਲਸ ਜੀ ਸੀਜ਼ਨ ਉਹਦੇ ਤੇ ਪੈਰੋਲ ਵਗੈਰਾ ਜਾਂ ਵੈਸੇ ਬਾਹਰ ਆਉਣ ਦਾ ਤਾਂ ਕੋਈ ਲਾਜਿਕ ਹੀ ਹੈ ਨਹੀਂ ਮੰਨਿਆ ਜਾਂਦਾ ਕਿ ਨਾਬਾ ਜੇਲ ਜਿਹੜੀ ਮੈਕਸਿਮਮ ਸਕਿਉਰਿਟੀ ਜਿਹੜਾ ਜਿੱਥੇ ਦਿਲਪੀਤ ਬਾਬਾ ਨੂੰ ਰੱਖਿਆ ਗਿਆ ਤੇ ਫਿਰ ਉਸ ਤੋਂ ਬਾਅਦ ਹਥਿਆਰ ਬਾਹਰ ਬਿਠਾ ਕਿਵੇਂ ਪ੍ਰੋਵਾਈਡ ਕਰਵਾ ਸਕਦਾ ਕਿਉਂਕਿ ਸੂਤਰਾਂ ਦੇ ਸਾਹਮਣੇ ਖਬਰ ਆ ਰਹੀ ਹੈ ਕਿ ਜਿਹੜੇ ਹਥਿਆਰ ਦਿਲਪੀਤ ਬਾਬਾ ਨੇ ਹੀ ਪ੍ਰੋਵਾਈਡ ਕੀਤੇ ਸੀ ਜਿਹੜੇ ਗੁਰਲਾਲ ਬਰਾੜ ਦੇ ਕਤਲ ਦੇ ਮਾਮਲੇ 'ਚ ਵਰਤੇ ਗਏ ਸੀਗੇ ਦੇਖੋ ਮੈਕਸਿਮਮ ਸਕਿਉਰਿਟੀ ਜੇਲ ਨਾਬਾ ਇੱਕ ਐਸੀ ਜੇਲ ਹੈ ਜਿਹਦੇ ਵਿੱਚ ਟੌਪ ਮੋਸਟ ਗੈਂਗਸਟਰ ਤੋਂ ਇਲਾਵਾ ਪੁਰਾਣੇ ਟਾਈਮਾਂ ਦੇ ਵਿੱਚ ਖ ਵੀ ਉਸ ਜੇਲ ਦੇ ਵਿੱਚ ਹੈ ਸੋ ਪੋਸੀਬਲੀ ਮੈਕਸਿਮ ਸਕਿਉਰਿਟੀ ਜੇਲ ਦੇ ਵਿੱਚ ਜੈਮਰ ਲੱਗੇ ਹੋਣ ਦੇ ਬਾਵਜੂਦ ਕੋਈ ਉਥੋਂ ਕਾਲ ਕਰ ਲਵੇ ਸੋ ਮੇਰੇ ਹਿਸਾਬ ਦੇ ਨਾਲ ਤਾਂ ਵੀ ਇਹ ਜਿਹੜੀ ਗੱਲ ਹੈ ਉਹ ਹਾਸੋ ਹੀਣੀ ਆਪਣੇ ਆਪ ਦੇ ਵਿੱਚ ਹੀ ਮੈਕਸਿਮ ਸਕਿਉਰਿਟੀ ਜੇਲ ਦੇ ਵਿੱਚ ਕੋਈ ਕਾਲ ਕਰੇ ਇਵਨ ਜੇ ਕੋਈ ਐਦਾਂ ਦਾ ਐਪੀਸੋਡ ਆਂਦਾ ਹੈ ਹੂ ਵਾਸ ਦਾ ਰੀਅਲ ਕਲਪਰੇਟਸ ਇਹਦੇ ਵਿੱਚ ਤਾਂ ਫਿਰ ਜੇਲ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਇਨਵੋਲਵ ਹੋਣਗੇ ਹੈਡ ਦੇ ਇੰਟਰੋਗੇਟਡ ਪਰਸਨਸ ਹਾਊ ਦੇ ਕੈਨ ਪ੍ਰੋਵਾਈਡ then mobile phone sim card is not possible somebody got uh, android phone ya mobile phone jee process is not possible ni jeekar chandigarh police sabit karan vich kaam ja parandi hai ki dilpreet baba ne hi jehde hathiyar baramd karwaye si ta fir jail prashasan ne jehda onna upar bhi karwai karugi chandigarh police matlab dekho is de bare ajje koi keh nahi sakde filhal tak ta koi lag nahi reha ki dilpreet de ke koi eda di evidence aayi hai ਬਾਕੀ ਕੋਈ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਦੇ ਵਿੱਚ ਕੁਝ ਆਉਂਦਾ ਉਸ ਤੋਂ ਬਾਅਦ ਹੀ ਦੱਸ ਸਕਦੇ ਆ ਕਿ ਇਹ ਕੇਸ ਕਿੱਧਰ ਚੱਲੇਗਾ ਆਦਰਵਾਇਜ਼ ਤਾਂ ਦਿਲਪੀਤ ਦਾ ਇਸ ਕੇਸ ਨਾਲ ਕੋਈ ਸਬੰਧ ਕਰ ਲੱਗਦਾ ਨਹੀਂ ਕੱਲ ਕੋਰਟ ਦੇ ਵਿੱਚ ਫਿਰ ਤੋਂ ਪੇਸ਼ ਕੀਤਾ ਜਾਣਾ ਜ਼ਮਾਨਤ ਦਾ ਕੀ ਆਧਾਰ ਹੋਊਗਾ ਕੀ ਗਰਾਊਂਡ ਤਿਆਰ ਕੀਤਾ ਜਾਊਗਾ ਅਜੇ ਤਾਂ ਜੀ ਇਨਵੈਸਟੀਗੇਸ਼ਨ ਪੀਰੀਅਡ ਚੱਲ ਰਿਹਾ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਜ਼ਮਾਨਤ ਵਗੈਰਾ ਦਾ ਪ੍ਰੋਸੈਸ ਸੋ ਅਜੇ ਤੱਕ ਤਾਂ ਕੋਈ ਇਦਾਂ ਦਾ ਹੈ ਨਹੀਂ ਤੇ ਇਹ ਹਨ ਦਿਲਪੀਤ ਬਾਬਾ ਦੇ ਵਕੀਲ ਤੁਹਾਨੂੰ ਦਿਖਾਦੀ ਤਸਵੀਰਾਂ ਲਗਾਤਾਰ ਪੁਲਿਸ ਵੱਲੋਂ ਜਿਹੜੀ ਇੱਥੇ ਸੁਰੱਖਿਆ ਵਧਾਈ ਹੋਈ ਹੈ ਕਿਉਂਕਿ ਵੱਡਾ ਗੈਂਗਸਟਰ ਮੰਨਿਆ ਜਾਂਦਾ ਦਿਲਪੀਤ ਬਾਬਾ ਇਸੇ ਕਰਕੇ ਜਿਹੜੀ ਸਿਕਿਉਰਿਟੀ ਟਾਈਟ ਕੀਤੀ ਹੋਈ ਹੈ ਮੀਡੀਆ ਨੂੰ ਵੀ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਦਿਲਪੀਤ ਬਾਬਾ ਤੋਂ ਲਗਾਤਾਰ ਜਿਹੜੀ ਕਤਲ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮੰਨਿਆ ਜਾ ਰਿਹਾ ਕਿ ਕੱਲ ਤੋਂ ਜਿਹੜਾ ਫਿਰ ਮੁਰਤੋਂ ਜਿਹੜਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋ ਸਕਦਾ ਹੈ ਕਿ ਹੋਰ ਜਿਹੜੀ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾਵੇ ਕੈਮਰਾ ਪਰਸਨ ਬਿੰਤੇਜ ਦੇ ਨਾਲ ਆਸ਼ੂ ਨੇਜਾ ਲਿਵ